ਕੀ ਹਾਲ ਚਾਲ ਨੇ ਤੁਸੀਂ ਵੇਖ ਰਹੇ ਹੋ ਮਦਰ ਹੁਸੈਨ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਹੁਸੈਨ ਜੋਇਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਤਰ੍ਹਾਂ ਦੀ ਵੀਡੀਓ ਲੈ ਕੇ ਆਨਾ ਮੇਰੀ ਕੋਸ਼ਿਸ਼ ਹੈ ਹੁੰਦੀ ਕਿ ਦੋਸਤਾਂ ਨਵੀਂ ਤਰ੍ਹਾਂ ਦੀ ਚੀਜ਼ ਲੈ ਆ ਕੇ ਦੇਵਾਂ ਭਾਵੇਂ ਮੈਨੂੰ ਜਿੰਨਾ ਮਰਜ਼ੀ ਸਫ਼ਰ ਕਰਨਾ ਪਵੇ ਤੇ ਅੱਜ ਮੈਂ ਇੱਕ ਵੀਡੀਓ ਲੈ ਕੇ ਆਇਆ ਇੱਕ ਮੱਝ ਦੀ ਮੇਰੀ ਖੱਬੀ ਸਾਈਡ ਤੇ ਇੱਕ ਮੱਝ ਖੜੀ ਏ ਹੁਣ ਮੇਰਾ ਕੈਮਰਾਮੈਨ ਤੁਹਾਨੂੰ ਮੱਝ ਦਿਖਾਉਂਦਾ ਹੈ ਬਾਕੀ ਗਰੰਟੀਆਂ ਲੈਣੀਆਂ ਸਾਰੀਆਂ ਮਾਲਕ ਕੋਲੋਂ ਕਿ ਇਹਦਾ ਕੀ ਹਿਸਾਬ ਕਿਤਾਬ ਹੈ ਕੈਮਰਾਮੈਨ ਸਾਹਿਬ تسਲੀ ਕਰਵਾ ਦਿਆ ਜੇ ਮੇਰੇ ਭਾਈਆਂ ਦੀ ਤੇ ਇੱਕ ਇੱਕ ਚੀ ਤਸੱਲੀ ਨਾਲ ਮੱਝ ਦੀ ਦਿਖਾਣੀ ਹੈ ਤੇ ਕਈ ਮੇਰੇ ਭਾਈ ਇਹ ਵੀ ਇਤਰਾਦ ਕਰ ਲੈਂਦੇ ਨੇ ਕਿ ਭਾਈ ਮਦਰ ਤੇਰਾ ਕੈਮਰਾਮੈਨ ਢਿੱਲਾ ਉਹ ਪੂਰਾ ਜਾਨਵਰ ਤਸੱਲੀ ਨਾਲ ਵਿਖਾਂਦਾ ਹੀ ਨਹੀਂ ਤੇ ਪੂਰੀਆਂ ਚੀਜ਼ਾਂ ਵਿਖਾਂਦਾ ਹੀ ਨਹੀਂ ਯਾਰ ਤੇ ਤਸੱਲੀ ਮੇਰੇ ਭਰਾਵਾਂ ਦੀ ਕਰਾਉਣੀ ਹੈ ਤਾਂ ਕਿ ਮੇਰੇ ਭਾਈ ਮੈਨੂੰ ਅੜਾ ਮਾਲੂਮਾ ਕੋਈ ਨਾ ਦੇਣ ਇਹ ਮਦਰ ਸੈਂਡ ਟੀਵੀ ਚੈਨਲ ਹੈ ਜਿਹੜਾ ਇੱਕ ਬ੍ਰਾਂਡ ਚੈਨਲ ਹੈ ਔਰ ਇਨਸ਼ਾਅੱਲਾ ਤਾਲਾ ਬ੍ਰਾਂਡ ਚੀਜ਼ਾਂ ਚੜਾਉਂਦਾ ਹੈ ਔਰ ਬੜਾ ਬੜਾ ਸਫਰ ਕਰਕੇ ਵੀਡੀਓ ਪਾਉਂਦਾ ਹੈ ਬੜੀ ਬੜੀ ਦੂਰ ਜਾ ਕੇ ਵੀਡੀਓ ਪਾਉਂਦਾ ਹੈ ਤੇ ਨਵੀਂ ਤੋਂ ਨਵੀਂ ਚੀਜ਼ ਦੋਸਤਾਂ ਨੂੰ ਰੋਜ਼ ਦਿੰਦਾ ਲਿਆ ਕੇ ਤੇ ਬਾਕੀ ਗੱਲਾਂ ਬਾਤਾਂ ਕਰਾਂਗੇ ਸਾਰੀਆਂ ਮਾਲਕ ਕੋਲੋਂ ਮਾਲਕ ਨਾਲ ਇਹ ਮੱਝ ਸੋਹਣ ਵਾਲੀ ਏ ਸੂਈ ਹੋਈ ਏ ਕਿਹੜੀ ਨਸਲ ਏ ਕਿੰਵੇਂ ਸੂਵੇ ਜਾਂ ਪਿਛਲੇ ਸੂਵੇ ਕਿੰਨਾ ਦੁੱਧ ਕਰਦੀ ਰਹੀ ਏ ਇਹ ਸਾਰੀਆਂ ਗਰੰਟੀਆਂ ਲੈਣੀਆਂ ਨੇ ਮਾਲਕ ਕੋਲੋਂ ਬਾਕੀ ਸਾਰੀਆਂ ਗੱਲਾਂ ਬਾਤਾਂ ਪੁੱਛਾਂਗੇ ਮਾਲਕ ਕੋਲੋਂ ਇਹ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਹੈ ਮੱਝ ਦੀ ਇੱਕ ਇੱਕ ਚੀਜ਼ ਆਪਾਂ ਇਸ ਮੱਝ ਨੂੰ ਬਾਅਦ ਥੋੜਾ ਜਿਹਾ ਟੁਰਾ ਵੀ ਲਵਾਵਾਂਗੇ ਤਾਂ ਕਿ ਪੈਰ ਚ ਕੋ ਮੋਚ ਜਾਂ ਕੋ ਕੰਡੀਸ਼ਨ ਦਾ ਇਹ ਭਾਈ ਥੋੜਾ ਜਿਹਾ ਥੋੜਾ ਜਿਹਾ ਟੁਰਾਇਆ ਜਾ ਮਾੜਾ ਜਿਹਾ ਤਾਕੇ ਇਹਦੇ ਨਾਲ ਲਤਾਛਤਾ ਚੈੱਕ ਹੋ ਜਾਣ ਤੇ ਮੇਰੇ ਬੇਲੀ ਆਂਦੇ ਨੇ ਯਾਰ ਭਾਈ ਮਾਦਰ ਪੂਰੀਆਂ ਗੱਲਾਂ ਪੂਰੀਆਂ ਕਰਿਆ ਕਰ ਤੇ ਜਾਨਵਰ ਹੋ ਸਕਦਾ ਕੋਈ ਲੰਗਸ਼ੰਗ ਮਾਰੇ ਤੇ ਥੋੜਾ ਜਿਹਾ ਜਾਨਵਰ ਨੂੰ ਟਰਾਂ ਵੀ ਲਿਆ ਕਰ ਇਸ ਵਾਸਤੇ ਮੈਂ ਕੋਈ ਕਸਰ ਸ਼ੱਕ ਸ਼ੁਭਾ ਨਹੀਂ ਛੱਡਦਾ ਤੇ ਮੈਂ ਆਪਦੇ ਜਾਣੇ ਫੁੱਲ ਫੁੱਲ ਕੋਸ਼ਿਸ਼ ਕਰਨਾ ਕਿ ਦੋਸਤਾਂ ਦੀ ਹਰ ਗੱਲ ਪੂਰੀ ਕਰਾਂ ਡਿਮਾਂਡ ਪੂਰੀ ਕਰਾਂ ਤੇ ਇਹ ਜੀ ਮਾਜ ਨੂੰ ਆਪਾਂ ਥੋੜਾ ਜਿਹਾ ਟਰਾਂ ਵੀ ਲਿਆ ਬੰਦੋ ਭਾਈ ਜੀ ਇਹ ਪਾਣੀ ਪਿੰਦੀ ਹੈ ਪਾਣੀ ਬਾਅਦ ਚ ਪਿਆ ਲਿਆ ਜੇ ਪਹਿਲਾਂ ਆਪਾਂ ਆਪਦੀ ਫਾਰਮੈਲਿਟੀ ਪੂਰੀ ਕਰ ਲਈਏ ਕੈਮਰਾਮੈਨ ਸਾਹਿਬ تسਲੀਨਾ ਵਿਖਾ ਦਿਓ ਮਾਜ ਦਾ ਮੂੰਹ ਹਾਵਾਨਾ ਪੁੱਠਾ ਛੁੱਠਾ ਵਖੀ ਚਖੀ ਤੇ ਵਾਠ ਠੀਕ ਹੋ ਗਿਆ ਜੀ ਕੈਮਰਾਮੈਨ ਸਾਹਿਬ ਬੰਨ ਕੇ ਜਰਾ ਲਾਇਆ ਜੇ ਇੱਕ ਵਾਰੀ ਮੱਝ ਤੇ ਪੂਰੀ ਤੇ ਪੂਰੀ ਮੱਝ ਵਿੱਚ ਆਵੇ ਤਸਲੀਨਾ ਥੋੜੇ ਨਜ਼ਦੀਕ ਹੋ ਕੇ ਲਾ ਦਿਓ ਐ ਮੱਝ ਦੋਸਤੋ ਤੁਸੀਂ ਵੇਖ ਰਹੇ ਹੋ ਆਪਾਂ ਹੁਣ ਸਦਨੇ ਮਾਲਕ ਨੂੰ ਤੇ ਉਹਦੇ ਨਾਲ ਮਿੱਠੇ ਮਿੱਠੇ ਕਰਨੀਆਂ ਗੱਲਾਂ ਸਾਰੀਆਂ ਇੱਧਰ ਆਓ ਭਾਈ ਜੀ ਕਿਹਨੇ ਗੱਲ ਕਰਨੀ ਇੱਥੇ ਆ ਮੇਰੇ ਨਾਲ ਉਹ ਸਿੱਧਾ ਉਹਦੇ ਇਸ ਤਰ੍ਹਾਂ ਖੜੋ ਕੈਮਰਾਮੈਨ ਨੇ ਅਸਲਾਮੁਅਲੈਕਮ ਵਾਲਕ ਬਤਲਾਉਂ ਜੀ ਕੀ ਹਾਲ ਨੇ ਭਾਈ ਠੀਕ ਠਾਕ ਕੀ ਨਾਮ ਹੈ ਤੁਹਾਡਾ ਮੋਹਮਦ ਅਜਮਲ ਭਾਈ ਮੋਹਮਦ ਅਜਮਲ ਸਰ ਜੀ ਤੁਹਾਡੀ ਇੱਕ ਮੱਝ ਵਿਖਾਈ ਏ ਇਹਦਾ ਕੀ ਹਿਸਾਬ ਕਿਤਾਬ ਏ ਇਹ ਕਿੰਵੇਂ ਸੂਵੇ ਭਾਈ ਇਹ ਤੀਸਰਾ ਸੂਆ ਸੋਨਾ ਹੀ ਹੋਣਾ ਅੱਛਾ ਤੀਸਰਾ ਸੂਆ ਇਹਨੇ ਸੋਨਾ ਹੈ ਹਾਂਜੀ ਤੇ ਕਿੰਨੇ ਦਿਨ ਰਹਿ ਗਿਆ ਭਾਈ ਸੋਵਣ ਚ ਇਹਨੇ 10-15 ਨੇ ਰਹਿੰਦੇ ਸੂਣਾ ਅੱਛਾ 10-15 ਦਿਨ ਹਲੇ ਲੈ ਜਾਏਗੀ ਹਾਂਜੀ ਠੀਕ ਹੋ ਗਿਆ ਤੇ ਪਿਛਲੇ ਸੂਵੇ ਭਲਾ ਦੁੱਧ ਕਿੰਨਾ ਕਰਦੀ ਰਹੀ ਤੁਹਾਡੇ ਕੋਲੇ ਕਰਦੀ ਮੱਝ ਤੁਹਾਡੀ ਹਾਂਜੀ ਕਰਦੀ ਅੱਛਾ ਘਰ ਦੀ ਮੱਝ ਤੇ ਕਿੰਨਾ ਦੁੱਧ ਕਰਦੀ ਰਹੀ ਪਿਛਲੇ ਸੂਵੇ ਇਹ 12 ਲੀਟਰ ਕਦਰੇ ਦੋ ਟਾਈਮ ਦਾ ਜੀ ਅੱਛਾ ਦੋ ਟਾਈਮ ਦਾ 12 ਲੀਟਰ ਪਿਛਲੇ ਸਵੇਰ ਕਰਦੀ ਰਹੀ ਤੇ ਉਮੀਦ ਹੈ ਇਸ ਦਫਾ ਕਿੰਨਾ ਕੁ ਕਰ ਜਾਏਗੀ ਐਸੋ ਵੇਂ ਇਹ ਕਿ ਐਸੇ ਵਧੇਗੀ 14 15 ਯਾਨੀ 14 15 ਲੀਟਰ ਦੁੱਧ ਕਰੇਗੀ ਠੀਕ ਹੈ ਤੁਹਾਡੀ ਗਾਰੰਟੀ ਹੈ ਇਹ ਤੁਹਾਡੀ ਗਾਰੰਟੀ ਹੈ ਨਾ ਠੀਕ ਹੋ ਗਿਆ ਤੇ ਨਸਲ ਕਿਹੜੀ ਪਾਈ ਇਹ ਪਿਓਰ ਨੀਲੀ ਦੀ ਹੈ ਜੀ ਅੱਛਾ ਪਿਓਰ ਨੀਲੀ ਦੀ ਹੈ ਠੀਕ ਹੋ ਗਿਆ ਇਹ ਜਿਵੇਂ ਹੁਣ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਸਾਡੇ ਨਾਲ ਐਵੇਂ ਪਿਆਰ ਮੁਹੱਬਤ ਵਾਲਾ ਮੁੱਲ ਕੀ ਜਾਂਦਾ ਇਹਦਾ 2 ਲੱਖ 20 ਹਜ਼ਾਰ ਰੁਪਏ 2 ਲੱਖ 20 ਹਜ਼ਾਰ ਮੁੱਲ ਕੀਤਾ ਮੇਰੇ ਭਾਈ ਨੇ ਤੇ ਇਹਦੇ ਜੋ ਕੋ ਪਿਆਰ ਮੁਹabbat ਕੋ ਕਮੀ ਪੇਸ਼ੀ ਥੋੜੀ ਬਹੁਤੀ ਹੋ ਜਾਏਗੀ ਕਰ ਲਵਾਂਗੇ ਕੋ ਥੋੜੀ ਬਹੁਤੀ ਕਰਾਂਗੇ ਜ਼ਿਆਦਾ ਤਾਂ ਮੂੜਾ আচ্ছা ਥੋੜੀ ਬਹੁਤੀ ਮੇਰਾ ਭਾਈ ਕਹਿੰਦਾ ਹੋ ਜਾਏਗੀ ਜ਼ਿਆਦਾ ਕੋਈ ਨਹੀਂ ਹੋਣੀ ਮੈਂ ਉਮੀਦ ਕਰਨਾ ਕਿ ਦੋਸਤਾਂ ਨੂੰ ਅੱਜ ਵਾਲੀ ਵੀਡੀਓ ਬਹੁਤ ਪਸੰਦ ਆਵੇਗੀ ਤੇ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਤੇ ਮਾਰੋ ਹੱਥ ਤਾਂ ਕਿ ਮੇਰੀ ਹਰ ਆਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਤੁਸੀਂ ਉਹ ਵੀਡੀਓ ਵੇਖ ਸਕੋ ਨੰਬਰ ਮੇਰਾ 0304 79 ਪੂਰਾ 776 ਮਿਲਨੇ ਹੈ ਇਨਸ਼ਾਅੱਲਾ ਅਗਲੀ ਵੀਡੀਓ ਦੇ ਵਿੱਚ ਪਾਕਿਸਤਾਨ ਜ਼ਿੰਦਾ